ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਲੋ ਜੀ ਅੱਜ ਆਪਾਂ ਦੁਬਾਰਾ ਫੇਰ ਇੱਕ ਵਾਰੀ ਹੋਰ ਕੁੰਡਲੀ ਬਾਰਡਰ ਤੇ ਅਪੜ ਗਏ ਆ, ਸਿੱਘੂ ਬਾਰਡਰ ਕਿਸਾਨ ਅੰਦੋਲਨ ਚ। ਵੇਖ ਸਕਦੇ ਹੋ ਜੀ ਕਿਸਾਨਾਂ ਦਾ ਜਨੂਨ ਬਹੁਤ ਜ਼ਿਆਦਾ। ਮੇਰੇ ਵੀਰ ਸਾਰੇ ਸਟਾਫ ਵਾਲੇ ਆਏ ਨੇ, ਬੁੱਟਰ ਟਰੈਕਟਰ ਵਰਕਸ਼ਾਪ ਵਾਲੇ ਹਾਵੜੀਓਂ ਦਸੈਣੋਂ ਸਾਰਿਆਂ ਦੇ ਸਹਿਯੋਗ ਨਾਲ, ਤੇ ਭਾਜੀ ਪ੍ਰਤਾਪ ਸਿੰਘ ਜੀ, ਪ੍ਰਤਾਪ ਸਿੰਘ ਝਡੋਨੀ ਟਰੈਕਟਰ ਚਲਾਇਆ। ਸਵੇਰੇ 4 ਵਜੇ ਆਏ ਆ, 8 ਵਜੇ ਚੱਲੇ ਹਾਂ ਆਪਾਂ। ਤੇ ਭਾਜੀ ਲੋ ਜੀ ਵੀਡੀਓ ਬਣਦੀ ਪਈ ਹੈ, ਸਾਰਿਆਂ ਨੂੰ ਸੰਦੇਸ਼ ਦਿਓ। ਸੰਦੇਸ਼ ਦੇਣ ਵਾਲੇ ਆਪਾਂ ਕੌਣ? ਬਾਕੀ ਤੇ ਸਾਰਿਆਂ ਨੂੰ ਪਤਾ ਹੈ ਬਈ ਏਕਤਾ ਦੇ ਵਿੱਚ ਹੀ ਬਾਲੇ ਤੇ ਬਾਕੀ ਮੋਦੀ ਦੀਆਂ ਗੋਡੀਆਂ ਲਵਾ ਕੇ ਜਾਣ ਆਉਣਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਮੈਂ ਆਨੰਦ ਆ ਗਿਆ, 12 ਦਿਨ ਪਹਿਲਾਂ ਆਇਆ ਸਾਂ, ਮਾਹੌਲ ਹੋਰ ਸੀ, ਹੁਣ ਆਏ ਆ। ਮੈਂ ਨਾ ਪਿੱਛੇ ਮੁਰਥਲ ਤੋਂ ਪਿੱਛੇ ਤੱਕ ਟਰਾਲੀਆਂ ਦੀ ਲੈਣਾ ਲੱਗੀ, ਇਹਨਾਂ ਨੂੰ ਪਤਾ ਲੱਗ ਜਾਏ ਕਿਵੇਂ ਕੀ ਕਰੀਦਾ, ਕਿਵੇਂ ਪੰਗਾ ਲਈਦਾ ਕਿਸਾਨਾਂ ਨਾਲ। ਇੱਥੇ ਕੋਈ ਉਹ ਗੱਲ ਨਹੀਂ ਰਹਿ ਗਈ ਬਈ ਕੋਈ ਹਿੰਦੂ ਸਿੱਖ ਮੁਸਲਮਾਨ, ਉਹ ਤੇ ਰਹਿ ਨਹੀਂ ਗਈ। ਵਰਕਸ਼ਾਪ ਬਾਰੇ ਮੈਸੇਜ ਜੋੜ ਥੋੜਾ ਜਿਹਾ ਤੇ ਬਾਕੀ ਵਰਕਸ਼ਾਪ ਦੇ ਵਿੱਚ ਥੋੜਾ ਜਿਹਾ 2 ਦਿਨ ਹਾਲੀ ਮੇਰਾ ਵੀਰ ਛੁੱਟੀ ਹੈ ਜੀ, ਤੇ ਕਿਉਂਕਿ ਅਸੀਂ ਇੱਥੇ ਆਏ ਹਾਂ, ਆਉਣਾ ਸਾਡਾ ਫਰਜ਼ ਬਣਦਾ ਜੀ। ਭਾਜੀ ਜਿਹਨੇ ਵਰਕਸ਼ਾਪ ਤੇ ਆਉਣਾ ਉਹ ਤੁਸੀਂ ਇੱਥੇ ਆਓ, ਨਾਲੇ ਸੇਵਾ ਕਰੋ, ਨਾਲੇ ਇੱਥੇ ਤੁਹਾਨੂੰ ਅਸੀਂ ਮਿਲਾਂਗੇ ਵੀ। ਸਾਰੇ ਜਿੰਨੇ ਮਿਸਤਰੀ ਨੇ ਵੀਰ ਸਾਰੇ ਇੱਥੇ ਆਏ ਨੇ, ਸਾਰੇ ਮੇਰੇ ਵੀਰ ਵਿਖਾਉਂਦੇ ਆ ਤੁਹਾਨੂੰ। ਇਹ ਸਾਡੇ ਮਾਮਾ ਜੀ ਨੇ, ਮਨਦੀਪ ਸਿੰਘ, ਇੱਧਰ ਦਵਿੰਦਰ ਸਿੰਘ। ਟਰਾਲੀਆਂ ਆਪਣੀਆਂ 3 ਟਰਾਲੀਆਂ ਆਈਆਂ ਨੇ ਲੰਗਰ ਦੀ ਸੇਵਾ। ਨਿਊ ਹੋਲੈਂਡ 75 ਦਾ ਸੀ ਹੈ, ਬਾਕੀ ਇੱਧਰ 47-10 60-10 ਨਿਊ ਹੋਲੈਂਡ ਵਾਲੀ ਮਾਰਕੀਟ ਬਣੀ ਪਈ ਹੈ ਪੂਰੀ ਜੀ। ਫੀਲਿੰਗ ਬਹੁਤ ਵਧੀਆ ਹੈ ਕਿਸਾਨ ਅੰਦੋਲਨ, ਰੱਬ ਕਰੇ ਇਹ ਸੇਵਾ ਕਿਸਾਨ ਜੋ ਕਰ ਰਹੇ ਨੇ ਇਹ ਸਫਲ ਹੋਏ ਛੇਤੀ ਤੋਂ ਛੇਤੀ। ਲਾਈਕ ਸ਼ੇਅਰ ਅਤੇ ਸਬਸਕ੍ਰਾਈਬ, ਫੇਸਬੁੱਕ ਦੇ ਪੇਜ ਨੂੰ ਸ਼ੇਅਰ ਜ਼ਰੂਰ ਕਰਿਆ ਦੇ। ਬਹੁਤ ਬਹੁਤ ਧੰਨਵਾਦ ਜੀ ਮੇਰੇ ਵੀਰਾਂ ਦਾ। ਮੈਸੇਜ ਦੇਣਾ, ਬਾਕੀ ਸੰਜੀਵ ਭਾਅ ਜੀ ਕੁਛ ਮੈਸੇਜ ਦੇਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿੰਨੇ ਮੇਰੇ ਭਰਾ ਵੀਰ ਭੈਣ ਸਾਰੇ ਜਿਹੜੇ ਵਹਿੰਦੇ ਨੇ ਇਸ ਲਾਈਵ ਵੀਡੀਓ ਨੂੰ, ਅਤੇ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਵਰਕਸ਼ਾਪ ਤੋਂ 3 ਦਿਨ ਦੀ ਅਸੀਂ ਛੁੱਟੀ ਲੈ ਕੇ ਇੱਥੇ ਸੇਵਾ 'ਤੇ ਆਏ ਹਾਂ, ਅਤੇ ਪਲੀਜ਼ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਦੇ ਵਿੱਚ ਇੱਥੇ ਆਓ, ਅਤੇ ਆਹ ਜਿਹੜੇ ਆਪਣੇ ਕਿਸਾਨ ਭਰਾ ਨੇ, ਭਾਵੇਂ ਸਾਡੇ ਕੋਲ ਕੋਈ ਜ਼ਮੀਨ ਦਾ ਮਰਲਾ ਵੀ ਨਾ ਵੀ ਹੋਵੇ, ਅਤੇ ਫਿਰ ਵੀ ਵੱਧ ਚੜ ਕੇ ਭਾਗ ਲਓ, ਅਤੇ ਨਾਲੇ ਇੱਥੇ ਸੇਵਾ ਕਰੋ। ਜੇ ਕਿਸਾਨ ਰਹੇਗਾ ਭਾਅ ਜੀ ਤਾਂ ਸਾਰਾ ਜੱਗ ਰਹਿਣਾ, ਜੇ ਕਿਸਾਨ ਹੀ ਨਹੀਂ ਤਾਂ ਫਿਰ ਕੀ ਖਾਣਾ ਅਤੇ ਕੀ ਪੀਣਾ। ਸੋ ਹੱਥ ਜੋੜ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ, ਪਲੀਜ਼ ਇੱਥੇ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਦੇ ਵਿੱਚ ਪਹੁੰਚੋ ਅਤੇ ਆਪਣਾ ਹੱਕ ਲਓ। ਓਕੇ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਥੈਂਕ ਯੂ ਜੀ।